ਤਰੀਕੇ ਕਾਰ ਹੈ। ਕਾਦੀਆਂ ਗਿਆ, ਮੈਂ ਅੱਗੇ ਗੱਲ ਸੁਣਾਈ ਹੈ, ਕਾਦੀਆਂ ਗਿਆ, ਉਹਨਾਂ ਕਿਹਾ ਜੀ ਡਾਕਟਰ ਸਾਹਿਬ ਨੇ ਇਸ ਵੇਲੇ ਬੰਦੇ ਕਹਿੰਦੇ ਨੇ ਜੀ ਇੱਕ ਭਗਵਾਨ ਵੈਸੇ ਉਤਰਿਆ, ਕਾਦੀਆਂ ਇੱਕ ਭਗਵਾਨ ਉਤਰਿਆ ਜਿਹੜਾ ਹੋਮੀ ਪੈ ਸਕਦਾ। ਉਹ ਬੰਦਾ ਕੋਈ ਮਜ਼ਦੂਰੀ ਵਗੈਰਾ ਕਰਦਾ ਸੀ ਉਹਦੇ ਕਾਦੀਆਂ, ਫਿਰ ਚਲਾ ਗਿਆ ਦੁਬਈ, ਉੱਥੇ ਉਹ ਦੋ ਚਾਰ ਸਾਲ ਬਾਅਦ ਆਇਆ ਅਤੇ ਉਹ ਹੋਮਿਓਪੈਥ ਬਣ ਗਿਆ। ਮੈਂ ਕਿਹਾ ਜੀ ਵਕਤ ਨਹੀਂ ਦੇ ਲਓ, ਐਮ ਬੀ ਏ ਕੋਲ ਪੈਸਾ ਕੋਈ ਨਹੀਂ ਲੈਂਦਾ, ਇਹ ਵੀ ਉਹਦਾ ਹੈ। ਮੈਨੂੰ ਉਹਨਾਂ ਨੇ ਟਾਈਮ ਲਿਆ ਤਾਂ ਮੈਂ ਚਲਾ ਗਿਆ ਜਾਂਦਾ। ਡਾਕਟਰ ਸਾਹਿਬ ਪਿੱਛੇ ਮੈਂ ਵੇਖਿਆ ਖਵਾਤੀਨ ਕੰਮ ਕਰ ਰਹੀਆਂ ਨੇ, ਭਰੇ ਆ ਪਿਆ ਪਿੱਛੇ ਦਵਾਈਆਂ ਦਾ। ਮੈਂ ਬਹਿ ਕੇ ਜਾ ਕੇ ਉੱਥੇ ਦੋ ਤਿੰਨ ਸਿੱਖ ਵੀ ਪਏ ਬੈਠੇ ਸਨ, ਇੱਕ ਦੋ ਖਵਾਤੀਨ ਉਹਨਾਂ ਦੀਆਂ, ਅਤੇ ਮੈਨੂੰ ਇੱਕ ਐਮ ਬੀ ਏ ਅਖਬਾਰ ਪਾ ਰਹੇ ਸਨ, ਮੈਨੂੰ ਉਹਨਾਂ ਨੇ ਇਸ਼ਾਰਾ ਕੀਤਾ, ਮੈਂ ਸਮਝਿਆ ਨਹੀਂ ਕਿ ਅੰਦਰ ਕੋਈ ਹੋਰ ਹੋਏਗਾ ਬੇਟੇ ਗੁਰੂ। ਮੈਂ ਉੱਥੇ ਚਲਿਆ, ਉਹ ਡਾਕਟਰ ਸਾਹਿਬ ਦਾ ਕਮਰਾ ਸੀ, ਮੈਂ ਜਾ ਕੁਰਸੀ 'ਤੇ ਬਹਿ ਗਿਆ ਸਾਹਮਣੇ। ਉਹ ਜਨਾਬ ਆਏ, ਉਹ ਬੰਦਾ ਚੰਗਾ ਜਾਣਾ ਬੰਦਾ, ਅਸਲਾਮ ਅਲੈਕਮ, ਮੈਂ ਕਿਹਾ ਯਾਰ ਇਹ ਡਾਕਟਰ ਸਾਹਿਬ ਦਾ ਕਮਰਾ, ਮੈਂ ਬਗੈਰ ਇਜਾਜ਼ਤ ਦੇ ਆ ਗਿਆ ਵਾਂ। ਮੈਂ ਉਹਨਾਂ ਨੂੰ ਆਪਣਾ ਪ੍ਰੋਬਲਮ ਦੱਸਿਆ, ਪ੍ਰੋਬਲਮ ਕੀ, ਮੈਨੂੰ ਇਹ ਪ੍ਰੋਚੇਸ਼ ਸੀ। ਅੱਛਾ, ਉਹਨਾਂ ਜਨਾਬ ਮੈਨੂੰ ਕਹਿਣਗੇ ਮੇਰੇ ਕੋਲ ਇੱਕੋ ਗੱਲ ਹੈ ਕਿ ਅਚਾਰ ਨਹੀਂ ਖਾਣਾ, ਹੋਰ ਕੋਈ ਜਿਹੜਾ ਨਾ ਕੋਈ ਜੋ ਮਰਜ਼ੀ ਖਾਓ, ਸਿਰਫ ਅਚਾਰ ਮੇਰੇ ਲਓ ਜੀ। ਉਹਨਾਂ ਨੇ ਮੈਨੂੰ ਦਵਾਈਆਂ ਦਿੱਤੀਆਂ ਬਿਲਾ ਮੁਬਾਲਗਾ, ਕੋਈ ਪੰਜ ਛੇ ਦਵਾਈਆਂ ਹੁੰਦੀਆਂ, ਇੱਕ ਸਵੇਰੇ 6 ਵਜੇ ਖਾਣੀ ਹੈ, ਫਿਰ 8 ਵਜੇ ਖਾਣੀ ਹੈ, ਫਿਰ 10 ਵਜੇ, ਫਿਰ 2 ਵਜੇ, ਫਿਰ ਰਾਤ ਦੇ 6 ਵਜੇ। ਇੱਕ ਹੈ ਲਿਕੁਅਡ, ਇੱਕ ਹੈ ਦੂਸਰੀਆਂ ਨੇ। ਮੈਂ ਲਿਸਟ ਬਣਾਈ, ਲੇਕਿਨ ਮੈਂ ਕਹਿਣਗੇ ਹੁਣ ਜਲਸਾ ਆ ਜਾਣਾ, ਜਲਸੇ ਦੇ ਬਾਅਦ ਇਹੀ ਸ਼ੀਸ਼ੀਆਂ ਤੁਸੀਂ ਲੈ ਕੇ ਆਉਣੀਆਂ ਨੇ, ਅਤੇ ਮੈਂ ਤੁਹਾਨੂੰ ਦਵਾਈ ਹੋਰ ਬਣਾ ਕੇ ਦਿਆਂਗਾ, ਕੋਈ ਜਲਸੇ ਦੀ ਮੇਰੀ ਪ੍ਰੈਕਟਿਸ ਬੰਦ ਹੈ। ਉਹ ਮੈਂ ਪੂਰਾ ਹੀ ਨਹੀਂ ਆ ਸਕਿਆ ਜਿਹੜੀਆਂ ਉਹ ਦਵਾਈਆਂ, ਯਕੀਨ ਕਰੋ ਕਿ ਇਹ 2 ਵਜੇ ਖਾਣੀ ਉਹ ਯਾਰ 6 ਵਜੇ ਨਮਾਜ਼ ਪੜ੍ਹਨ ਗਏ ਆ, ਉਹ ਸਵੇਰ ਰਹਿ ਗਈ, ਇੰਨੀਆਂ ਦਵਾਈਆਂ ਉਹਨਾਂ ਨੇ ਦਿੱਤੀਆਂ, ਮੈਂ ਹੈਰਾਨ ਰਹਿ ਗਿਆ। ਉਹਦੇ ਵਿੱਚ ਲਿਕੁਇਡ ਵੀ, ਹੁਣ ਉਹ ਕਹਿੰਦਾ ਫਰਕ ਕਿਹੜਾ, ਕੋਈ ਬੰਦਾ ਅੱਜ ਤੱਕ ਨਹੀਂ ਖਤਮ ਹੋਇਆ, ਸਾਨੂੰ ਚਾਹੀਦੀ ਹੈ ਇੱਕ ਦਵਾਈ, ਪਰ ਇਸਤੇਮਾਲ ਕਰੋ ਬਾਈ। ਮਤਲਬ ਦਸਬ ਮੈਂ 12-13 ਗੋਲੀ ਖਾਂਦਾ ਸੀ, ਇੱਥੋਂ ਲੱਗੇ ਮੈਂ ਪੱਕਾ। ਉਹ ਦਵਾਈ ਫਿਰ ਪਤਾ ਕੀ ਜੇ, ਮੈਂ ਡਾਕਟਰ ਨਹੀਂ ਹਾਂ, ਮੈਨੂੰ ਥੋੜ੍ਹਾ ਜਿਹਾ ਐਕਸਪੀਰੀਅੰਸ ਹੈ। ਤੁਸੀਂ ਲਸਣ ਕਮ ਅਜ਼ ਕਮ ਹਫ਼ਤੇ 3 ਵਾਰੀ ਨਾ ਲਸਣ ਖਾ ਲਿਆ ਕਰੋ, ਇੱਕ ਤੁਰੀ ਦੋ ਤੁਰੀ, ਇਹ ਸਭ ਜਿਹੜੇ ਨਾ ਤੁਹਾਡੇ ਜਿਗਰ ਕੀ, ਸ਼ੂਗਰ ਕੀ ਅਤੇ ਬਲੱਡ ਪ੍ਰੈਸ਼ਰ ਕੀ, ਇਹ ਸਾਰੇ ਤੁਹਾਡੇ ਨਾਰਮਲ ਆ ਜਾਏ। ਸਭ ਤੋਂ ਅੱਛੀ ਚੀਜ਼ ਲਸਣ ਜਿਹੜਾ ਨਾ ਨਿਵਾਲੇ 'ਚ ਲਓ, ਜਿੰਨੇ ਜਿਹੜੇ ਲੋਕਾਂ ਨੂੰ ਬਿਮਾਰੀਆਂ ਵਗੈਰਾ ਹੁੰਦੀਆਂ ਨੇ, ਇਹ ਆਟੋਮੈਟਿਕਲੀ ਸਾਰਿਆਂ ਨੂੰ ਕੋਈ ਨੁਕਸਾਨ ਨਹੀਂ। ਬਗਾਵਤ ਕੀਤੀ ਦਵਾਈ ਨਾਲ, ਪਾਕਿਸਤਾਨ 2.5 ਮਹੀਨੇ 'ਚ 4 ਦਫ਼ਾ ਟੀਕੇ ਲਾਉਂਦੇ ਸਨ, 1 ਦਿਨ ਟੀਕਾ ਨਹੀਂ ਲਾਇਆ, 11 ਗੋਲੀਆਂ 'ਚੋਂ 1 ਗੋਲੀ ਨਹੀਂ ਖਾਧੀ, ਬਿਹਤਰੀਨ ਮੌਸਮ ਗੁਜ਼ਾਰ ਕੇ ਆਇਆ। ਲੇਕਿਨ ਤੁਸੀਂ ਜਿਹੜਾ, ਲੇਕਿਨ ਗੱਲ ਸੁਣੋ ਮੀਨੀ ਸਾਹਿਬ, ਤੁਸੀਂ ਜਿਹੜਾ ਇਰਾਦਾ ਲੈ ਕੇ ਗਏ ਸੋ ਉੱਥੇ ਕਿ ਵੀ ਮੈਂ ਬਿਸ਼ੀ ਮਕਬਰੇ ਦੇ ਨੇੜੇ ਜਾ ਰਿਹਾ ਅਤੇ ਮੈਂ ਸਾਰੀਆਂ ਚੀਜ਼ਾਂ ਬੰਦ ਕਰ ਦਿਆਂ ਖਾਣੀਆਂ, ਅੱਲਾ ਫਜ਼ਲ ਕਰੇਗਾ। ਨਹੀਂ ਤੁਸੀਂ ਜਿਹੜੀਆਂ ਅਲਾਮਤਾਂ ਦੱਸ ਰਹੇ ਜੇ, ਮੈਂ ਦਵਾਈਆਂ ਵੀ ਛੱਡ ਦਿੱਤੀਆਂ, ਮੈਂ ਵੀ ਛੱਡ ਦਿੱਤਾ, ਮੈਂ ਆਪਣੀ ਰੁਟੀਨ ਦੱਸਣਾ। ਸ਼ੀਸ਼ੀ ਰੱਖ ਲਓ ਆਪਣੇ ਸਰਾਣੇ, ਉਹਦੇ 'ਚ ਅਜਵੈਣ,
ਤੇ ਜਿੰਨੀ ਅਜਵਾਇਣ ਹੋਏ ਉਸ ਤੋਂ ਅੱਧਾ ਕਲੌਂਜੀ, ਇਹ ਦੋਵੇਂ ਚੀਜ਼ਾਂ ਮਿਲਾ ਕੇ ਰੱਖ ਛੱਡੋ ਰਾਤ ਸੌਣ ਤੋਂ ਪਹਿਲੇ। ਜਿੰਨਾ ਕਹਿ ਹੋਇਆ ਨਾ ਇੰਨੀ ਚਮਚੀ ਭਰ ਕੇ ਪਾਓ, ਫੱਕਾ ਮਾਰੋ ਅਤੇ ਪਾਣੀ ਪੀ ਲਓ ਡੇਲੀ, ਤੁਹਾਡਾ ਡੇਲੀ ਪੇਟ ਠੀਕ, ਤੁਹਾਡਾ ਪੇਟ ਠੀਕ, ਤੁਹਾਡੇ ਬਲੱਡ ਪ੍ਰੈਸ਼ਰ ਕੰਟਰੋਲ, ਮਤਲਬ ਬਹੁਤ ਸਾਰੀ ਅਜਵਾਇਣ ਤੇ ਕਲਵੰਜੀ। ਅਜਵਾਇਣ ਕੀ ਹੈ? ਅਜਵਾਇਣ ਅਜਵਾਇਣ ਦਾ ਤੁਹਾਨੂੰ ਨੀ ਪਤਾ? ਕਲੌਂਜੀ ਵੀ ਪਈ ਹੈ? ਨਹੀਂ ਨਹੀਂ ਕਲਵੰਜੀ ਦਾ ਮੈਨੂੰ ਪਤਾ, ਅਜਵਾਇਣ ਜਜ਼ੀਰਾ ਟਾਈਪ। ਅੱਛਾ, ਲੇਕਿਨ ਥੋੜੀ ਗੋਲ ਗੋਲ ਹੁੰਦੀ ਹੈ ਬੁਨਿਆਦੀ ਜਿਹੜਾ ਯੂਜ਼ ਹੁੰਦਾ ਨਾ ਹਾਰਮੋਨ ਦੇ ਵਿੱਚ ਸਭ ਤੋਂ ਜ਼ਿਆਦਾ ਅਜਵਾਇਣ ਕਲੌਂਜੀ ਜਿਹੜੀ ਹੈ ਇਹ ਤੇ ਸਿਰਫ ਮੌਤ ਦਾ ਇਲਾਜ ਨਹੀਂ ਹੈ। ਕਲਵੰਜੀ ਦਾ ਵੀ ਉਹ ਆਉਂਦੇ ਨੇ ਜੀ ਪਿਆਜ਼ਾਂ ਦੀ ਬੀਜ ਕੀ, ਮੇਰਾ ਨੀ ਖਿਆਲ ਪਿਆਜ਼ ਦਾ ਬੀਜ ਹੁੰਦਾ ਉਹ ਆਉਂਦੇ ਨੇ ਪਿਆਜ਼ਾਂ, ਨਹੀਂ ਪਿਆਜ਼ ਦਾ ਬੀਜ ਹੋਰ ਹੁੰਦਾ ਹੈ ਲੇਕਿਨ ਹੁੰਦੀ ਉਸੇ ਤਰ੍ਹਾਂ ਦੀ ਹੈ। ਪਿਆਜ਼ ਦਾ ਬੀਜ ਥੋੜਾ ਜਿਹਾ ਸੁਰਖੀ ਮਾਇਲ ਹੁੰਦਾ, ਇਹ ਟੋਟਲ ਕਾਲੀ ਹੁੰਦੀ ਹੈ, ਉਹ ਗੋਲ ਹੁੰਦਾ ਹੈ, ਗੋਲ ਨਹੀਂ ਹੁੰਦੀ ਜਿਹੜਾ ਨਾ। ਹਾਂ ਬਿਲਕੁਲ, ਤੇ ਇਹ ਦੋ ਡਿਫਰੈਂਟ ਚੀਜ਼ਾਂ ਨੇ। ਤੁਸੀਂ ਇੱਕ ਤੇ ਦੱਸੀਆਂ ਤੁਰੀਆਂ, ਤੁਰੀ ਖਾਓ, ਔਰ ਦੂਸਰਾ ਇੱਕ ਅਜਵਾਇਣ ਤੇ ਕਲਵੰਜੀ। ਜਿਹੜੇ ਨੁਸਖੇ ਨਾ ਘਰੇਲੂ ਨੁਸਖੇ, ਇਹ ਜਿਹੜੀ ਜੜੀ ਬੂਟੀ ਹੈ ਇਹਦਾ ਬਹੁਤ ਅਸਰ ਹੁੰਦਾ। ਇਹ ਮੈਂ ਮਤਲਬ ਮੈਂ ਤਾਂ ਆਪਣੀ ਜ਼ਾਤੀ ਜੋ ਇਸਤੇਮਾਲ ਕਰਦਾ ਮੈਂ ਤੁਹਾਨੂੰ ਦੱਸਿਆ। ਮਤਲਬ ਸਰ ਰੋਜ਼ਾਨਾ ਤੁਸੀਂ ਇੰਨਾ ਕੁ ਅਦਰਕ ਦਾ ਟੁਕੜਾ, ਇੱਕ ਟਹਿਣੀ ਉਹਦੀ ਪੁਦੀਨੇ ਦੀ, ਔਰ ਉਹਦੇ 'ਚ ਪਿਛਾ ਕੇ ਜੁਆਇਨ ਪਾ ਲਓ ਜਾਂ ਨਾ ਪਾਓ, ਔਰ ਹੈ ਉਹਦੀ ਕਾਹਵਾ, ਉਹਦੇ 'ਚ ਲੈਮਨ ਪਾ ਕੇ, ਇਹ ਤਿੰਨ ਚੀਜ਼ਾਂ ਕਾਹਵਾ ਰੋਜ਼ ਪੀਓ, ਤੁਹਾਡੇ ਬੇਸ਼ੁਮਾਰ ਤੁਹਾਡੇ ਅਮਰਾਜ ਜਿਹੜੇ ਨੇ ਆਪਣੇ ਆਪ ਦੂਰ ਹੋ ਜਾਣਗੇ। ਯੂਰਪ ਦੇ ਇਹ ਨੁਸਖਾ ਜਿਹੜਾ ਨਾ
ਇਹ ਵਾਲਾ ਨੁਸਖਾ ਜਿਹੜਾ ਨਾ ਇਹ ਪਾਕਿਸਤਾਨ ਦੇ ਵਿੱਚ ਤੇ ਚਲੋ ਇੱਥੇ ਤੇ ਮੇਰਾ ਖਿਆਲ ਹੈ ਇੱਥੇ ਗੱਲ ਨਹੀਂ ਸਮਝਾਈ ਕੱਲ ਨੂੰ ਸਾਫ਼ ਦੇ ਤੇ 1980 ਦੇ ਅਮਲ ਕਰ ਰਹੇ ਨੇ ਅੱਛਾ ਨਸੀਹਤ ਕਰਨੀ ਤਾਂ ਸਾਨੂੰ ਕਰਨ ਤੁਸੀਂ ਵਿੱਚੋਂ ਐ ਇਹਨੇ ਉਧਰ ਫਕਵਾ ਲਿਆ ਜੇ ਨਾ ਹੁੰਦਾ ਤੇ ਇਹਨੇ ਖੁਦ ਕਰਨਾ ਸੀ ਮੈਨੂੰ ਤੇ ਅੱਜ ਤੱਕ ਰੋਟੀ ਬਣਾਉਣੀ ਨਹੀਂ ਆਈ ਕੈਮਰਾ ਬੰਦੇ ਨਾ ਕੱਲ ਸਾਹਮਣੇ ਕੈਮਰਾ ਲਾਣ ਕੇ ਤੁਸੀਂ ਜਿੰਨੇ ਟੇੜੇ ਹੋਗੇ ਨਾ ਉਹਨਾਂ ਦਾ ਜ਼ਿਆਦਾ ਟਾਈਮ ਲੱਗੇਗਾ ਤੁਸੀਂ ਅਗਰ ਸਿੱਧੇ ਬੰਦੇ ਕੱਟ ਸਾਹਿਬ ਇਸ ਤਰ੍ਹਾਂ ਨਾਈ ਸੰਗ ਮੇਰੇ ਕਿਹੜੇ ਤੇ ਬੂਹ ਦੇ ਪੁੱਤਰ ਨੇ ਮੇਰੇ ਨੂੰ ਕੁਝ ਸਾਜ ਦੇ ਦਿੱਤੇ ਨੇ ਲੇਕਿਨ ਨਾਈ ਸਾਹਿਬ ਨੇ ਹਾਂਜੀ ਇਸ ਤਰ੍ਹਾਂ ਦੋਸਤ ਜਾਣੇ ਚੱਲੋ ਆ ਜਾਓ ਹਾਂ ਪਹਿਲੇ ਕੀ ਖਾਣੇ ਪਰ ਕੀ 100